CBA 2 ਸਾਲ ਬਾਅਦ ਸਾਨੂੰ ਕੀ ਕਹਿ ਰਹੀ ਹੈ ਜੀ ਸਾਨੂੰ ਮਤਲਬ ਸਾਡੇ ਕੋਲ ਸਟਾਫ ਹੋ ਜਾਣਾ CBA ਇੱਥੋਂ ਤੱਕ ਕਿ ਮੈਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਤਿੰਨੋਂ ਪੈਂਟਰ ਸਰਕਾਰੀ ਨੌਕਰੀ ਲੈ ਲਓ ਪਲੱਸ 10 ਲੱਖ ਰੁਪਏ ਲੈ ਲਓ ਧਰਨਾ ਛੱਡ ਕੀ ਗੱਲ ਦੱਸੋ ਸਰ ਦੇਖੋ ਸਕੈਮ ਹੀ ਹੈ ਇਹ ਮਤਲਬ ਜਿਹੜੇ ਸਟੇਟ ਬੈਂਕ ਆਫ ਇੰਡੀਆ ਸਟੇਟ ਬੈਂਕ ਆਫ ਪਟਿਆਲਾ ਐਂਡ PNB ਤਕਰੀਬਨ ਇਹੀ ਬੈਂਕ ਨੂੰ ਮਿਲਦੇ ਹੁੰਦੇ ਸੀ ਆ ਡੈਡ ਬੋਡੀਜ਼ ਮਿਲੀਆਂ ਇਹਨਾਂ ਦੇ ਮਨੋਜ ਦੀ ਸ਼ਕਲ ਤਾਂ ਨਹੀਂ ਨਾ ਤਾਂ ਉਹਨਾਂ ਨੇ ਉਹਨਾਂ ਚਾਰ ਬੰਦਿਆਂ ਨੂੰ ਪਾਲਿਆ ਜਿਨ੍ਹਾਂ ਨੇ ਕਿਡਨੈਪ ਕੀਤਾ ਸੀਸੀਟੀਵੀ ਦੇ ਵਿੱਚ ਸ਼ਕਲ ਆਈ ਨਾ ਉਹ ਇਸ ਚੀਜ਼ ਦੀ ਜਾਂਚ ਕਰ ਰਹੇ ਕਿ ਮਨੋਜ ਕਿਉਂ ਕਿਡਨੈਪ ਹੋਇਆ ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਦੋਸਤੋ ਅੱਜ ਇੱਕ ਬੜੇ ਗਹਿਰ ਗੰਭੀਰ ਮੁੱਦੇ ਦੇ ਨਾਲ ਅਸੀਂ ਤੁਹਾਨੂੰ ਮੁਖਾਤਬ ਹਾਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਅਤੇ ਅਸੀਂ ਉਮੀਦ ਪੁਲਿਸ ਦੇ ਉੱਤੇ ਰੱਖਦੇ ਹਾਂ ਜੇ ਪੁਲਿਸ ਕੁਛ ਨਾ ਕਰੇ ਉਦੋਂ ਅਸੀਂ CBI ਤੱਕ ਪਹੁੰਚ ਕਰਦੇ ਹਾਂ ਪਰ ਇੱਥੇ ਅੱਜ ਜਿਹੜੀ ਗੱਲ ਕਰਨ ਜਾ ਰਹੇ ਹਾਂ ਉਹ ਇੱਕ ਐਸੇ ਵਿਅਕਤੀ ਦੀ ਹੈ ਜਿਹੜਾ ਲਾਪਤਾ ਹੋਇਆ 5 ਸਾਲ ਹੋ ਗਏ ਨੇ ਪਰਿਵਾਰ ਨੇ ਪੁਲਿਸ ਹੋਰ ਸਾਰੀਆਂ ਜਾਂਚ ਏਜੰਸੀਆਂ ਤੱਕ ਟਰਾਈ ਕੀਤਾ ਹਾਈ ਕੋਰਟ ਪਹੁੰਚਿਆ ਅਤੇ ਅਖੀਰ CBI ਤੱਕ ਕੇਸ ਗਿਆ ਹੁਣ CBI ਵੀ ਇਸ ਮਾਮਲੇ 'ਚ ਹੱਥ ਖੜ੍ਹੇ ਕਰੇ ਬੈਠੀ ਹੈ ਕੇਸ ਕੀ ਹੈ ਇਹੀ ਸਾਰਾ ਕੁਝ ਜਾਣਦੇ ਹਾਂ ਇਸ ਵਕਤ ਮੇਰੇ ਨਾਲ ਨੀਤੂ ਕਪੂਰ ਨੇ ਇਹਨਾਂ ਦੇ ਭਾਈ 5 ਸਾਲ ਪਹਿਲਾਂ ਲਾਪਤਾ ਹੋਏ ਹਜੇ ਤੱਕ ਕੋਈ ਥੋੜ੍ਹਾ ਪਤਾ ਨਹੀਂ ਮਿਲਿਆ ਨੀਤੂ ਸਤਿ ਸ਼੍ਰੀ ਅਕਾਲ ਤੁਹਾਡੇ ਬ੍ਰਦਰ ਹੈ ਜਿਹੜੇ ਉਹ ਲਾਪਤਾ ਹੋਏ ਨੇ ਉਹਦੀ ਕਹਾਣੀ ਕੀ ਲੱਗਦੀ ਹੈ ਤੁਹਾਨੂੰ ਕਿ ਕਿਉਂ ਲਾਪਤਾ ਹੋਏ 5 ਸਾਲ ਬਾਅਦ ਵੀ ਸਾਨੂੰ ਇਹ ਗੱਲਾਂ ਕਿਉਂ ਕਰਨੀਆਂ ਪੈ ਰਹੀਆਂ ਅੱਜ ਸਰ ਦੇਖੋ ਜਿਹੜਾ ਕਿ ATMs ਦੇ ਵਿੱਚ ਪੈਸੇ ਪਾਉਂਦੇ ਉਹ ਪੈਸੇ ਜਦੋਂ ਵੀ ਪਾਉਂਦਾ ਸੀਗਾ ਉਦੋਂ ਕੋਈ ਨਾ ਕੋਈ ਉਹਦੇ ਜੌਬ ਦੇ ਟਾਈਮ ਦੇ ਵਿੱਚ ਪ੍ਰੋਬਲਮ ਆਈ ਜਿਹਦੇ ਕਰਕੇ ਉਹਨੇ ਰੈਜ਼ਿਗਨੇਸ਼ਨ ਦਿੱਤਾ 6 ਦਿਨ ਪਹਿਲਾਂ ਹਾਂਜੀ 6 ਦਿਨ ਪਹਿਲਾਂ ਅਤੇ ਉਸ ਟਾਈਮ 'ਤੇ ਦੇਖੋ ਉਹ ਇੱਕੋ ਹੀ ਗੱਲ ਕਰਦਾ ਹੁੰਦਾ ਸੀ ਕਿ ATM ਦੇ ਵਿੱਚੋਂ ਪੈਸੇ ਨਿਕਲਦੇ ਆ ਮੈਂ ਇਸ ਚੀਜ਼ ਦੀ ਕੰਪਲੇਨ ਆਪਣੇ ਬੌਸ ਨੂੰ ਕੀਤੀ ਹੈ ਫਿਰੋਜ਼ਪੁਰ ਦੇ ਵਿੱਚ ਫਿਰ ਉਹਨੇ ਆਪਣੇ ਲੁਧਿਆਣਾ ਦੀ ਕੰਪਲੇਨ ਕੀਤੀ ਹੈ ਉੱਥੇ ਵੀ ਨਹੀਂ ਸੁਣੀ ਗਈ ਉਸ ਤੋਂ ਬਾਅਦ ਉਹਨੇ ਦਿੱਲੀ ਮੇਲ ਕੀਤੀ ਜਾਂ ਦਿੱਲੀ ਉਹਨੇ ਜਦੋਂ ਗੱਲਬਾਤ ਕੀਤੀ ਹੈ ਉਸ ਦਿਨ ਜਦੋਂ ਉਹਨੂੰ ਲੱਗਿਆ ਜੀ ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ ਇੱਥੇ ਕੋਈ ਬਹੁਤ ਵੱਡੀ ਕੌਨਸਪੀਰੇਸੀ ਚੱਲਦੀ ਹੈ ਬਹੁਤ ਵੱਡੀ ਕੋਈ ਮਤਲਬ ਸਕੈਮ ਚੱਲ ਰਿਹਾ ਫਿਰ ਉਹਨੇ ਇੱਕ ਡਿਸਾਈਡ ਕੀਤਾ ਕਿ ਮੈਂ ਜੌਬ ਛੱਡ ਲਈ ਫਿਰ ਜੌਬ ਜਦੋਂ ਛੱਡੀ ਰੈਜ਼ਿਗਨੇਸ਼ਨ ਦਿੱਤਾ ਤਾਂ 25 ਮਈ ਨੂੰ ਉਹਦੀ ਕਿਡਨੈਪਿੰਗ ਹੋ ਗਈ ਸਹੀ ਉਸ ਤੋਂ ਬਾਅਦ ਦੇਖੋ ਜਦੋਂ ਮਨੋਜ ਨਹੀਂ ਲੱਭਦਾ ਇਹ ਤਕਰੀਬਨ 25 ਮਈ ਦੀ ਗੱਲ ਹੈ 11 ਵਜੇ ਘਰ ਹੋ ਗਿਆ ਅਸੀਂ 1 ਵਜੇ ਉਹਨੂੰ ਕਾਲ ਕੀਤਾ ਉਹਨੇ ਫੋਨ ਨਹੀਂ ਚੱਕਿਆ ਸਾਨੂੰ ਘਬਰਾਹਟ ਹੋਣ ਲੱਗੀ ਅਸੀਂ 2 ਵਜੇ ਵੀ ਉਹਨੂੰ ਕਾਲ ਕੀਤਾ ਮਤਲਬ 2-3 ਘੰਟੇ ਅਸੀਂ ਕਾਲ ਕਰਨ ਤੋਂ ਬਾਅਦ ਪੁਲਿਸ ਸਟੇਸ਼ਨ ਗਏ ਹੁਣ ਪੁਲਿਸ ਸਟੇਸ਼ਨ ਦੇਖੋ ਕੀ ਹੁੰਦਾ ਇਹ ਜਸਟ ਫਿਲਮਾਂ ਦੇ ਵਿੱਚ ਹੀ ਮਤਲਬ ਮੈਂ ਦੇਖਿਆ ਸੀ ਜਿਹੜਾ ਮੇਰੇ ਨਾਲ ਬੀਤੀ ਹੈ ਉੱਥੇ ਜਾ ਕੇ ਮੈਂ ਅਤੇ ਮੰਮਾ ਨੇ ਕੰਪਲੇਨ ਕੀਤੀ ਉੱਥੇ ਜਿਹੜੇ ਪੁਲਿਸ ਵਾਲੇ ਬੈਠੇ ਸੀ ਅਸੀਂ ਜਸਟ ਇੰਨੀ ਗੱਲ ਕਹੀ ਕਿ ਸਰ ਮੇਰਾ ਬ੍ਰਦਰ ਨਹੀਂ ਲੱਭ ਰਿਹਾ ਪਲੀਜ਼ ਉਹਨੂੰ ਤੁਸੀਂ ਦੇਖੋ ਉਹਦੀ ਰਿੰਗ ਜਾ ਰਹੀ ਹੈ ਫੋਨ ਟਰੇਸ ਕਰ ਉਹਨਾਂ ਨੇ ਹੱਸ ਕੇ ਮਤਲਬ ਮਜ਼ਾਕ ਬਣਾ ਰਹੇ ਸੀ ਟੇਬਲ ਦੇ ਉੱਪਰ ਉਹਨੇ ਪੈਰ ਰੱਖੇ ਦੇਖੋ ਇੱਕ ਡਿਊਟੀ ਦੇ ਉੱਪਰ ਟੇਬਲ ਦੇ ਉੱਪਰ ਪੈਰ ਰੱਖਿਆ ਚਨੇ ਇੱਦਾਂ ਕਰਕੇ ਮੂੰਹ ਖਾ ਰਹੇ ਆ ਮਜ਼ਾਕ ਉਡਾ ਰਹੇ ਫਿਲਮਾਂ ਚ ਹੁੰਦਾ ਐਗਜੈਕਟਲੀ ਮਤਲਬ ਜੋ ਸੀਨ ਦੇਖੇ ਜੀ ਕੋਈ ਗੱਲ ਨਹੀਂ ਮੁੰਡੇ ਅੱਜ ਕੱਲ੍ਹ ਦੇ ਕੀ ਕਰਦੇ ਆ ਉਹ ਕੁੜੀਆਂ ਲੈ ਕੇ ਭੱਜ ਜਾਂਦੇ ਆ ਫਿਰ ਬਾਅਦ 'ਚ ਮਾਂ ਪਿਓ ਕਹਿੰਦੇ ਜੀ ਸਾਡੇ ਮੁੰਡੇ ਤੋਂ ਗਲਤੀ ਹੋਈ ਅਸੀਂ ਇਹੀ ਗੱਲ ਕਹੀ ਕਿ ਸਾਡਾ ਬੱਚਾ ਇਹੋ ਜਿਹਾ ਹੈ ਨਹੀਂ ਪਲੀਜ਼ ਉਹਨੂੰ ਥੋੜ੍ਹਾ ਜਿਹਾ ਦੇਖੋ ਹੁਣ ਉਹਦਾ ਫੋਨ ਚੱਲ ਵੀ ਰਿਹਾ ਉਹਨਾਂ ਨੇ ਬਿਲਕੁਲ ਕੋਈ ਐਫਰਟਸ ਨਹੀਂ ਕੀਤੇ ਅਸੀਂ ਰੋ ਰੋ ਕੇ ਪਾਗਲ ਹੋ ਗਏ ਨਹੀਂ ਕੀਤੇ ਫਿਰ ਸ਼ਾਮ ਤੱਕ ਜਦੋਂ ਉਹਨਾਂ ਨੇ ਨਹੀਂ ਸੁਣਵਾਈ ਕੀਤੀ ਅਸੀਂ ਸਮਾਜਿਕ ਜਥੇਬੰਦੀਆਂ ਨਾਲ ਗੱਲ ਕੀਤੀ ਦੇਖੋ ਬਹੁਤ ਵੱਡੀ ਗੱਲ ਹੈ ਸਪੈਸ਼ਲੀ ਫਰੀਦਕੋਟ ਤੇ ਪੰਜਾਬ 'ਚ ਲੋਕ ਪੁਲਿਸ ਕੋਲ ਜਾਣ ਦੀ ਬਜਾਏ ਜਥੇਬੰਦੀਆਂ ਕੋਲ ਜਾਂਦੇ ਹਾਂ ਸਹੀ ਫਿਰ ਜਥੇਬੰਦੀਆਂ ਕੋਲ ਅਸੀਂ ਜਦੋਂ ਗਏ ਤਾਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਸਾਡੇ ਕੋਲ ਅਸੀਂ ਬਾਹਰ ਉਹਨਾਂ ਦੇ ਧਰਨਾ ਲਾਇਆ ਉਹਨਾਂ 'ਤੇ ਕੋਈ ਅਸਰ ਨਹੀਂ ਹੋਇਆ ਫਿਰ ਦੇਖੋ ਉਸ ਦਿਨ ਤੋਂ ਬਾਅਦ ਸਾਡਾ ਧਰਨਾ ਸਟਾਰਟ ਹੋ ਗਿਆ ਲਗਾਤਾਰ ਮਨੋਜ ਸਾਨੂੰ ਕਿਤੇ ਨਹੀਂ ਮਿਲਿਆ ਉਹਦਾ ਫੋਨ ਵੀ ਬੰਦ ਹੋ ਗਿਆ ਮਤਲਬ ਕੰਟੀਨਿਊਸਲੀ ਅਸੀਂ ਉਹਨਾਂ ਨੂੰ ਐਫਰਟਸ ਅਸੀਂ ਆਪਣੇ ਵੱਲੋਂ ਕਰਦੇ ਰਹੇ ਤਿੰਨ ਦਿਨ ਲਗਾਤਾਰ ਮਤਲਬ ਸਾਡਾ ਰੋ ਰੋ ਕੇ ਬੁਰਾ ਹਾਲ ਸੀਗਾ ਬਟ ਉਹਨਾਂ ਨੇ ਕਦੇ ਕੁਛ ਨਹੀਂ ਕੀਤਾ ਦੇਖੋ ਇਹਦੇ ਵਿੱਚ ਸਿਰਫ ਪੁਲਿਸ ਦੀ ਸ਼ਮੂਲੀਅਤ ਮੈਨੂੰ 100% ਲੱਗਦੀ ਹੈ ਕਿਉਂ ਲੱਗਦੀ ਹੈ ਮੈਂ ਪੁਲਿਸ ਨੂੰ ਇੱਕੋ ਗੱਲ ਕਹੀ ਕਿ ਏਟ ਸਾਡੇ ਘਰ CCTV ਫੁਟੇਜ ਲੱਗੀ ਹੈ ਪਲੀਜ਼ ਤੁਸੀਂ ਉਹ ਚੈੱਕ ਕਰੋ ਉਹਨਾਂ ਦੇ ਵਿੱਚ ਸ਼ਾਇਦ ਤੁਹਾਨੂੰ ਕੋਈ ਕਲੂ ਮਿਲ ਜੂ ਮੈਨੂੰ ਉਦੋਂ ਆਪਰੇਟ ਨਵਾਂ ਨਹੀਂ ਕਰਨਾ ਹੁੰਦਾ ਸੀ CCTV ਇਹਨਾਂ ਨੇ ਨਹੀਂ ਦਿੱਤੀ ਫਿਰ ਜਿਹੜੇ ਦੇਖੋ ਜਦੋਂ ਮਨੋਜ ਕਿਡਨੈਪ ਹੋਇਆ ਉਸ ਤੋਂ ਅਗਲੇ ਦਿਨ ਪਤਾ ਲੱਗਦਾ ਜੀ 19 ਲੱਖ ਰੁਪਇਆ ATM 'ਚੋਂ ਨਿਕਲ ਚੁੱਕਿਆ ਜਿਹਦੇ ਵਿੱਚ ਮਨੋਜ ਕੰਮ ਕਰਦਾ ਸੀ ਹੁਣ ਉਹਦੀ ਕਹਾਣੀ ਕੀ ਹੈ ਜਦੋਂ ਆਪਾਂ ATM ਆਪਰੇਟ ਕਰਦੇ ਹਾਂ ਜਿਵੇਂ ਮਨੀ ਲੋਟਰ ਜੋ ਵੀ ਆਪਰੇਟ ਕਰਦੇ ਆ ਇੱਕ 16 ਵਰਡਸ ਦਾ ਡਿਜਿਟ ਹੁੰਦਾ ਜਿਹਦੇ ਵਿੱਚ ਹਾਂਜੀ ਪਾਸਵਰਡ ਮਤਲਬ ਇੱਕ ਇੰਪਲੋਈ ਉਹਦੇ ਕੋਲ 8 ਪਾਸਵਰਡ ਹੈ ਦੂਸਰੇ ਇੰਪਲੋਈ ਕੋਲ ਮਤਲਬ 8 ਪਾਸਵਰਡ ਹੈ ਉਹ 16 ਜਦੋਂ ਮੈਚ ਹੋਣਗੇ ਫਿਰ ਜਾ ਕੇ ATM ਓਪਨ ਹੋਊਗਾ ਹੁਣ ਮਨੋਜ ਜਦੋਂ ਕਿਡਨੈਪ ਹੋਇਆ ਉਹਦੇ ਕੋਲ 8 ਨੰਬਰ ਦਾ ਪਾਸਵਰਡ ਸੀ ਪਰ ਬਾਕੀ ਦੇ 8 ਤਾਂ ਉਹਦੇ ਮਤਲਬ ਕਲੀਗ ਕੋਲ ਸੀ ਫਿਰ ATM ਕਿਵੇਂ ਓਪਨ ਹੋਊਗਾ ਫਿਰ ਜਦੋਂ ਪੁਲਿਸ ਨੂੰ ਅਸੀਂ ਕੰਪਲੇਨ ਕੀਤੀ ਮਤਲਬ ਪੁਲਿਸ ਨੇ ਸਾਨੂੰ ਦੱਸਿਆ ਜੀ ਇਸ ਤਰ੍ਹਾਂ ਕਰਕੇ ATM ਲੁੱਟੇ ਗਏ ਉਹਨਾਂ ਦੀ ਕੰਪਨੀ ਵੱਲੋਂ ਖਬਰ ਆਈ ਹੈ ਜਾਂ ਕੁਛ ਵੀ ਹੈ ਤਾਂ ਅਸੀਂ ਕਿਹਾ ਕਿ ਜਿਹੜਾ ਉਹਦਾ ਦੂਸਰਾ ਕਲੀਗ ਹੈ ਉਹਨੂੰ ਪੁੱਛੋ ਸੀ ਕਿਵੇਂ ਨਿਕਲ ਗਈ ਉਹਨਾਂ ਨੇ ਉਹਦੇ 'ਤੇ ਕੋਈ ਵੀ ਕਦਮ ਨਹੀਂ ਲਿਆ ਕੁਛ ਨਹੀਂ ਉਹਨਾਂ ਨਾਲ ਪੁੱਛਗਿੱਛ ਕੀਤੀ ਮਤਲਬ ਇਹ ਸਾਰਾ ਦਾ ਸਾਰਾ ਉਹਨਾਂ ਦੀ ਮਿਲੀ ਭੁਗਤ ਸੀ ਕਾਫੀ ਵੱਡਾ ਸਕੈਮ ਹੈ ਉਸ ਤੋਂ ਬਾਅਦ ਦੇਖੋ ਅਸੀਂ ਧਰਨੇ ਤੋਂ ਬਾਅਦ ਫਿਰ ਅਸੀਂ ਕੋਰਟ ਦੇ ਵਿੱਚ ਗਏ
ਹਾਈ ਕੋਰਟ ਦੇ ਵਿੱਚ ਗਈ ਧਰਨਾ ਆਪਾਂ ਥੋੜਾ ਜਿਹਾ ਐਕਸਪਲੇਨ ਕਰ ਦਈਏ ਧਰਨੇ ਨੂੰ 2 ਸਾਲ ਤੱਕ ਉਹ ਧਰਨਾ ਚੱਲਦਾ ਰਿਹਾ ਹਾਂਜੀ 2 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਰਾਜਨੀਤਿਕ ਲੋਕ ਆਏ ਹੋਣਗੇ ਸਾਥ ਕਿਨਾਂ ਨੇ ਦਿੱਤਾ ਕੈਂਡਲ ਮਾਰਚ ਤੱਕ ਕੱਢਣੇ ਪਏ ਨੇ ਤੁਹਾਡੇ ਸ਼ਹਿਰ ਦੇ ਵਿੱਚ ਸਰ ਦੇਖੋ ਸਾਥ ਜਿਹੜਾ ਦਿੱਤਾ ਉਹ ਫਰੀਦਕੋਟ ਵਾਸੀਆਂ ਨੂੰ ਦਿੱਤਾ ਜਿਹੜੇ ਸਿਆਸੀ ਲੋਕ ਸੀਗੇ ਸਿਆਸੀ ਲੋਕ ਉੱਥੇ ਆ ਕੇ ਸ਼ਕਲ ਦਿਖਾ ਕੇ ਚਲੇ ਗਏ ਬਸ ਮਤਲਬ ਹਾਂ ਜ਼ਰੂਰ ਉਸ ਟਾਈਮ ਤੇ ਇੱਕ ਆਮ ਪਾਰਟੀ ਨੇ ਸਾਡਾ ਸਾਥ ਦਿੱਤਾ ਬਟ ਉਹ ਐਜ਼ ਅ ਪਾਰਟੀ ਅਸੀਂ ਉਹਨਾਂ ਤੋਂ ਸਾਥ ਨਹੀਂ ਲਿਆ ਐਜ਼ ਅ ਸੋਸ਼ਲ ਵਰਕਰ ਉਹਨਾਂ ਤੋਂ ਸਾਥ ਲਿਆ ਕਿਉਂਕਿ ਜਿਹੜੇ ਸਿਆਸੀ ਲੋਕ ਹੈ ਉਹ ਸਿਰਫ ਆਪਣੇ ਵੋਟਾਂ ਖਿਚਵਾਉਂਦੇ ਤੇ ਕਾਂਗਰਸੀ ਵੀ ਆਏ ਅਕਾਲੀ ਵੀ ਆਏ ਇੱਥੋਂ ਤੱਕ ਕਿ ਮੈਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਤਿੰਨੋਂ ਭੈਣ ਭਰਾ ਸਰਕਾਰੀ ਨੌਕਰੀ ਲੈ ਲਓ ਪਲੱਸ 10 ਲੱਖ ਰੁਪਏ ਲੈ ਲਓ ਧਰਨਾ ਛੱਡ ਹਾਂਜੀ ਇਹ ਸ਼ਾਇਦ ਮੈਂ ਪਹਿਲਾਂ ਵੀ ਆਪਣੇ ਚੈਨਲ ਦੇ ਵਿੱਚ ਇਹ ਗੱਲ ਕੀਤੀ ਸੀਗੀ ਬਟ ਉਸ ਚੀਜ਼ ਨੂੰ ਅਸੀਂ ਡਿਨਾਈ ਕੀਤਾ ਸੀ ਕਿ ਸਾਨੂੰ ਇਨਸਾਫ ਚਾਹੀਦਾ ਮੈਨੂੰ ਮੇਰਾ ਭਰਾ ਚਾਹੀਦਾ ਜਾਂ ਉਹਦਾ ਜੋ ਵੀ ਹੈ ਪਤਾ ਲੱਗੇ ਸਾਨੂੰ ਅਸੀਂ ਉਸ ਚੀਜ਼ ਤੋਂ ਵੀ ਮਨਾ ਕੀਤਾ ਨੀਤੂ ਜੀ ਤੁਹਾਡੇ ਇਲਾਕੇ ਦੀ ਕਿਉਂ ਨੌਜਵਾਨ ਉਹ ਲਾਪਤਾ ਹੁੰਦੇ ਇੱਕ ਨਹੀਂ ਬਹੁਤ ਸਾਰੇ ਬੱਚਿਆਂ ਦੀ ਕਹਾਣੀਆਂ ਸਾਹਮਣੇ ਬਿਲਕੁਲ ਫਰੀਦਕੋਟ ਦੇ ਵਿੱਚ ਸਰ ਦੇਖੋ ਲੋਕ ਅਵੇਅਰ ਹੈ ਕ੍ਰਾਈਮ ਹਰ ਕਿਤੇ ਹੋ ਰਿਹਾ ਪੰਜਾਬ 'ਚ ਬਹੁਤ ਜ਼ਿਆਦਾ ਕ੍ਰਾਈਮ ਹੈ ਈਵਨ ਉਸ ਟਾਈਮ ਤੇ ਜਦੋਂ ਇਹ ਬੱਚੇ ਕਿਡਨੈਪ ਹੋਣੇ ਸ਼ੁਰੂ ਹੋਏ ਸੀਗੇ ਬਠਿੰਡਾ ਦਾ ਵੀ ਇੱਕ ਡਾਟਾ ਆਇਆ ਸੀ ਕਿ 800 ਬੱਚਾ ਇੱਥੋਂ ਗਾਇਬ ਵਿਦ ਇਨ ਮੰਥ ਇੱਕ ਮਹੀਨੇ ਦੇ ਵਿੱਚ ਇੱਕ ਸਾਲ ਦੇ ਵਿੱਚ ਹਾਂਜੀ ਤੇ ਫਰੀਦਕੋਟ ਤੋਂ ਜਿਹੜਾ ਡਾਟਾ ਆਇਆ ਸੀ 152 ਦੇਖੋ ਡਾਟਾ ਬਠਿੰਡਾ ਜ਼ਿਆਦਾ ਪਰ ਫਰੀਦਕੋਟ ਰੋਲਾ ਜ਼ਿਆਦਾ ਪਿਆ ਕਿਉਂ ਕਿਉਂਕਿ ਜਥੇਬੰਦੀਆਂ ਜਿਹੜੀਆਂ ਆ ਉੱਥੇ ਦੇ ਲੋਕ ਹੈ ਉਹ ਬਹੁਤ ਜ਼ਿਆਦਾ ਅਵੇਅਰ ਹੈ ਹਰ ਗੱਲ ਦੇ ਵਿੱਚ ਸਾਰੇ ਇਕੱਠੇ ਹੋ ਕੇ ਨਾਲ ਖੜੇ ਹੁੰਦੇ ਸਹੀ ਪਰ ਇਹ ਜਿਹੜੇ ਘਟਨਾਕ੍ਰਮ ਨੇ ਏਟੀਐਮ ਦੇ ਨਾਲ ਜੁੜੇ ਨੇ ਇੱਕ ਸਕੈਮ ਹੈ ਕੋਈ ਕੀ ਕੀ ਲੱਗਦਾ ਸੋ ਸਰ ਦੇਖੋ ਸਕੈਮ ਹੀ ਹੈ ਇਹ ਮਤਲਬ ਜਿਹੜੇ ਸਟੇਟ ਬੈਂਕ ਆਫ ਇੰਡੀਆ ਸਟੇਟ ਬੈਂਕ ਆਫ ਪਟਿਆਲਾ ਐਂਡ ਪੀਐਨ ਤਕਰੀਬਨ ਇਹੀ ਬੈਂਕ ਲੁੱਟੇ ਜਾਂਦੇ ਸੀਗੇ ਠੀਕ ਹੈ ਹੁਣ ਮਨੋਜ ਜਿਹਦੇ ਵਿੱਚ ਕੰਮ ਕਰਦਾ ਸੀ ਉਹਨੇ ਕੀ ਦੱਸਿਆ ਕਿ ਅਸੀਂ ਮੰਨ ਲਓ ਬੈਂਕ ਦੇ ਵਿੱਚੋਂ ਪੈਸੇ ਲੈ ਕੇ ਆਉਂਦੇ ਮੰਨ ਲਓ 1 ਕਰੋੜ ਹੈ 1 ਕਰੋੜ ਦੇ ਵਿੱਚੋਂ ਦੀ ਇੱਕ 10,000 ਰੁਪਇਆ ਜਿਹੜਾ ਹੈਗਾ ਜਾਂ 5,000 ਰੁਪਇਆ ਉਹ ਘੱਟ ਪਾਇਆ ਜਾਂਦਾ ਠੀਕ ਹੈ ਹੁਣ ਉਹ ਚੀਜ਼ ਇਹ ਨਹੀਂ ਪਤਾ ਲੱਗਦੀ ਸੀ ਉਹ ਪੈਸਾ ਗਾਇਬ ਕਿਵੇਂ ਹੋਇਆ ਮਨੋਜ ਨੂੰ ਇਹ ਦਿੱਕਤ ਆਉਂਦੀ ਸੀ ਉਹਨੇ ਆਪਣੇ ਕਲੀਗਸ ਨਾਲ ਗੱਲ ਕਰਨੀ ਬਟ ਉਹੀ ਹੈ ਉਹਨੂੰ ਕੁਛ ਨਹੀਂ ਸਮਝ ਆ ਰਿਹਾ ਸੀਗਾ ਇੱਕ ਏਟੀਐਮ ਦੇ ਵਿੱਚ 5,000 ਗਾਇਬ ਹੋਏ ਠੀਕ ਹੈ ਉਸ ਤੋਂ ਬਾਅਦ ਤੁਸੀਂ 24 ਏਟੀਐਮ ਲਗਾ ਲਓ ਜਿਹਦੇ ਅੰਦਰ ਹੁੰਦੇ ਤੇ 24 ਏਟੀਐਮ ਨੂੰ 24 ਸੀ ਬਿਲਕੁਲ ਫਰੀਦਕੋਟ ਦੇ ਵਿੱਚ ਉਹਦੇ ਨਾਲ ਜਿਹੜੇ ਕਲੀਗ ਸੀ ਉਹ ਵੀ ਇਹਦੇ ਵਿੱਚ ਸੀਗੇ ਸਾਰੇ ਇਕੱਠੇ ਮਿਲ ਕੇ ਪੈਸੇ ਕਮਾਉਂਦੇ ਸੀ 24 ਨੂੰ ਤੁਸੀਂ ਮਿਨੀਮਮ 5-6,000 ਨਾਲ ਮਲਟੀਪਲਾਈ ਕਰੋ ਸਹੀ ਇੱਕ ਦਿਨ ਦੇ ਪੈਸੇ ਰੱਖੋ ਕਿੰਨਾ ਬਣੇ ਲੱਖਾਂ ਦੇ ਵਿੱਚ ਹੋਵੇ ਮਤਲਬ ਇੱਕ ਦਿਨ ਦੀ ਲੁੱਟ ਐਨੀ ਹੁੰਦੀ ਇਕੱਲੇ ਫਰੀਦਕੋਟ ਡਿਸਟ੍ਰਿਕਟ ਇਹ SIS ਪ੍ਰੋਸੀਜਰ ਕੰਪਨੀ ਹੈ ਮਤਲਬ ਉਹਨਾਂ ਦਾ ਹੀ ਸਾਰਾ ਕਿੱਤਾ ਕਰਾਇਆ ਹੁਣ 24 ਏਟੀਐਮ ਹੈ ਤਾਂ ਪੂਰੇ ਇੰਡੀਆ 'ਚ ਸੋਚੋ ਕਿੰਨੀ ਹੋਊਗੀ ਇੱਕ ਦਿਨ ਦੀ ਲੁੱਟੀ ਲੱਖਾਂ ਕਰੋੜਾਂ ਅਰਬਾਂ ਦੇ ਵਿੱਚ ਹੋਵੇ ਹੁਣ ਇਹਦੀ ਆਡਿਟ ਦੇਖੋ 1.5 ਸਾਲ ਬਾਅਦ ਹੁੰਦੀ 1.5 ਸਾਲ ਤੋਂ ਪਹਿਲਾਂ ਕੋਈ ਪੁੱਛਗਿੱਛ ਨਹੀਂ ਹੁੰਦੀ ਕਿ ਕਿੰਨੇ ਪੈਸੇ ਕੱਟ ਹੈ ਕਿੰਨੇ ਵੱਧ ਹੈ ਹੁਣ ਇਹਨੇ ਚੀਕਾਂ ਮਾਰੀ ਜਾਣੀਆਂ ਆਪਣੇ ਬੌਸ ਨੂੰ ਕੰਪਲੇਨ ਕੀਤੀ ਉਹਨਾਂ ਨੇ ਨਹੀਂ ਸੁਣਿਆ ਲੁਧਿਆਣੇ ਕੰਪਲੇਨ ਕੀਤੀ ਉਹਨਾਂ ਨੇ ਨਹੀਂ ਸੁਣਿਆ ਦਿੱਲੀ ਕੰਪਲੇਨ ਕੀਤੀ ਉਹਨਾਂ ਨੇ ਨਹੀਂ ਸੁਣਿਆ ਹੁਣ ਦੇਖੋ ਇਹਨਾਂ ਏਟੀਐਮ ਦੇ 1.5 ਸਾਲ ਬਾਅਦ ਆਡਿਟ ਹੁੰਦੀ ਹੈ ਆਡਿਟ ਦੇ ਵਿੱਚ ਕੀ ਦਿਖਾਇਆ ਜਾਂਦਾ ਆਡਿਟ ਤੋਂ 1 ਜਾਂ 2 ਮਹੀਨੇ ਪਹਿਲਾਂ ਜੀ ਏਟੀਐਮ ਲੁੱਟਿਆ ਗਿਆ ਉਹਦੇ 'ਚ 1,00,000 ਰੁਪਈਆ ਸੀਗੇ ਇਹ ਲੁੱਟਿਆ ਗਿਆ ਪਰ ਉਹ ਲੁੱਟਿਆ ਨਹੀਂ ਜਾਂਦਾ ਉਹ ਲੁੱਟ ਤਾਂ ਪਹਿਲਾਂ ਦੀ ਹੋ ਚੁੱਕੀ ਹੈ ਅੱਛਾ ਉਹ ਲੁੱਟ ਤਾਂ ਪਹਿਲਾਂ ਦੀ ਰੋਜ਼ ਦੀ ਰੋਜ਼ ਹੋ ਚੁੱਕੀ ਹੈ ਜਿਹਨੂੰ ਕਿ ਇਲੀਗਲ ਕੰਮ ਨੂੰ ਲੀਗਲ ਕਰਕੇ ਦਿਖਾ ਦਿੰਦੇ ਉਹ ਪਾ ਦਿੰਦੇ ਲੁੱਟ ਦੇ ਖਾਤੇ 'ਚ ਹਾਂਜੀ ਲੁੱਟ ਦੇ ਖਾਤੇ 'ਚ ਪਾ ਦਿੰਦੇ ਨਾਲ ਇੰਸ਼ੋਰੈਂਸ ਵੀ ਲੈ ਲੈਂਦੇ ਮਤਲਬ ਉਹਨਾਂ ਨੂੰ ਬੈਨੀਫਿਟ ਬਿਲਕੁਲ ਉਹਨਾਂ ਨੂੰ ਡਬਲ ਬੈਨੀਫਿਟ ਹੋ ਗਿਆ ਹੁਣ ਇਹਦੇ ਵਿੱਚ ਹੋ ਸਕਦਾ ਕੰਪਨੀ ਪੂਰੀ ਦੀ ਪੂਰੀ ਇਨਵੋਲਵ ਹੋ ਤੇ ਪੂਰੇ ਇੰਡੀਆ ਦੇ ਵਿੱਚ ਇਹ ਸਕੈਮ ਚੱਲ ਰਿਹਾ ਉਹ ਜਿਹਦਾ ਉਹ ਵਿਰੋਧ ਕਰ ਰਿਹਾ ਸੀ ਇਸੇ ਲਈ ਉਹਦੀ ਕਿਡਨੈਪਿੰਗ ਹੋਈ ਨਹੀਂ ਤਾਂ ਸਰ ਦੇਖੋ ਇੱਕ ਮਤਲਬ ਬੱਚਾ ਜੋ ਰੈਜ਼ਿਗਨੇਸ਼ਨ ਦੇ ਰਿਹਾ ਨਾਲੇ ਡਰਿਆ ਹੋਇਆ ਬਹੁਤ ਜ਼ਿਆਦਾ ਇਹੀ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਇਹੀ ਚੀਜ਼ ਹੈ ਕਿ ਉਹ ਬਹੁਤ ਵੱਡੇ ਸਕੈਂਡਲ ਦਾ ਸ਼ਾਇਦ ਪੱਦਾ ਫਾਸ਼ ਕਰਨਾ ਚਾਹੁੰਦਾ ਸੀ ਜਾਂ ਉਹਦੇ ਤੋਂ ਸਾਈਡ ਹੋਣਾ ਚਾਹੁੰਦਾ ਸੀ ਇਸੇ ਕਰਕੇ ਉਹਦੀ ਕਿਡਨੈਪਿੰਗ ਸੀਬੀਆਈ ਦੀ ਜਾਂਚ ਦੀ ਮੰਗ ਕਰਦੇ ਹੋਏ ਤੁਸੀਂ ਅਦਾਲਤ ਤੱਕ ਪਹੁੰਚੇ ਅਦਾਲਤ ਨੇ ਕੀ ਪ੍ਰਮਾਣ ਕੀਤੇ ਫਿਰ ਸਰ ਦੇਖੋ ਅਸੀਂ ਜਿਸ ਟਾਈਮ ਦੇ ਧਰਨੇ 'ਤੇ ਮਤਲਬ ਬੈਠੇ ਤੁਹਾਨੂੰ ਵੀ ਪਤਾ ਕਿ 2 ਸਾਲ ਅਸੀਂ ਮੀਂਹ ਹਨੇਰੀ ਤੋਂ ਕੁਛ ਨਹੀਂ ਦੇਖਿਆ ਅਸੀਂ ਪਰਿਵਾਰ ਮਤਲਬ ਧਰਨੇ 'ਤੇ ਸਾਰਾ ਕੰਮ ਛੱਡ ਕੇ ਆਪਣੀ ਪੂਰੀ ਮਤਲਬ ਕਹਿੰਦੇ ਨਾ ਕਿ ਆਪਣਾ ਸਾਰਾ ਕੁਛ ਦਾਅ ਤੇ ਲਗਾ ਕੇ ਉੱਥੇ ਬੈਠੇ ਹਾਂ ਹਰ ਚੀਜ਼ ਨੂੰ ਮੈਂ ਆਪਣੀ ਨੌਕਰੀ ਵੀ ਛੱਡੀ ਸਭ ਕੁਛ ਕੀਤਾ ਉਸ ਤੋਂ ਬਾਅਦ ਅਸੀਂ ਹਾਈਕੋਰਟ ਦਾ ਦਰਵਾਜ਼ਾ ਖਟਖਟਾਇਆ 1 ਸਾਲ ਕੇਸ ਚੱਲਿਆ ਉਹਦੇ ਦੌਰਾਨ SIT ਕੋਲ ਸੀ ਵਿਨੇ ਪ੍ਰਤਾਪ ਕੁਮਾਰ ਵਿਨੇ ਪ੍ਰਤਾਪ ਦੇ ਅੰਡਰ ਇਹ ਕੇਸ ਚੱਲਿਆ ਉਹਨਾਂ ਨੇ ਵੀ ਸਾਨੂੰ ਇਹ ਜਵਾਬ ਦਿੱਤਾ ਕਿ ਸਾਡੇ ਹੱਥ ਕੁਛ ਨਹੀਂ ਹੋਣਾ ਸਾਨੂੰ ਨਹੀਂ ਪਤਾ ਲੱਗ ਰਿਹਾ ਫਿਰ ਅਸੀਂ ਇੰਨੀ ਮਤਲਬ ਤੁਸੀਂ ਕਹਿ ਲਓ ਕਿ ਐਫਰਟਸ ਕੀਤੀ ਕਿ ਕੇਸ CBI ਕੋਲ ਚੱਲਦਾ ਰਹੇ ਕਿਉਂਕਿ ਮੋਸਟਲੀ ਹੁੰਦਾ ਜੀ CBI ਇੱਕ ਇਹੋ ਜਿਹੀ ਏਜੰਸੀ ਹੈ ਜਿਹੜੀ ਕਿ ਓਨੈਸਟ ਹੈ ਅਤੇ ਕੰਮ ਵੀ ਕਰਦੀ ਹੈ ਪਰ ਅਸੀਂ ਕੀ ਦੇਖ ਰਹੇ ਹਾਂ ਉਹਨਾਂ ਕੋਲ 1 ਸਾਲ ਬਾਅਦ ਕੇਸ ਚੱਲ ਗਿਆ 2 ਸਾਲ ਹੋ ਗਏ ਉਹਨਾਂ ਕੋਲ ਕੇਸ ਚੱਲੇ ਨੂੰ ਉਹਨਾਂ ਨੇ ਹਾਲੇ ਤੱਕ ਸਾਨੂੰ ਕੁਛ ਨਹੀਂ ਦੱਸਿਆ ਆਉਂਦੇ ਵੀ ਆ ਤਾਂ ਫਾਰਮੈਲਿਟੀ ਵੀ ਆਉਂਦੇ ਆ ਜਦੋਂ ਕੋਰਟ ਦੀ ਤਰੀਕ ਹੁੰਦੀ ਹੈ ਉਦੋਂ ਆਉਂਦੇ ਆ ਆ ਕੇ ਇੱਕੋ ਹੀ ਗੱਲ ਹੁੰਦੀ ਹੈ ਉਹਨਾਂ ਕੋਲ ਜੀ ਦੇਖੋ ਆ ਡੈਡ ਬੋਡੀਜ਼ ਮਿਲੀਆਂ ਇਹਨਾਂ ਦੇ ਮਨੋਜ ਦੀ ਸ਼ਕਲ ਤਾਂ ਨਹੀਂ ਮਨੋਜ ਤਾਂ ਨਹੀਂ ਲੱਗਦਾ ਤੁਹਾਨੂੰ ਮਤਲਬ ਇੱਕੋ ਹੀ ਕੰਮ ਨਾ ਤਾਂ ਉਹਨਾਂ ਨੇ ਉਹਨਾਂ 4 ਬੰਦਿਆਂ ਨੂੰ ਪਾਲਿਆ ਜਿਨ੍ਹਾਂ ਨੇ ਕਿਡਨੈਪ ਕੀਤਾ CCTV ਦੇ ਵਿੱਚ ਸ਼ਕਲ ਆਈ ਹੈ ਨਾ ਉਹ ਇਸ ਚੀਜ਼ ਦੀ ਜਾਂਚ ਕਰ ਰਹੇ ਕਿ ਮਨੋਜ ਕਿਉਂ ਕਿਡਨੈਪ ਹੋਇਆ ਅੱਛਾ ਜਿਹੜੀ ਉਹ CCTV ਕੈਮਰੇ ਦੇ ਵਿੱਚ ਸ਼ਕਲ ਆਈ ਉਹਨਾਂ ਦਾ ਪਤਾ ਲੱਗਦਾ ਕਿ ਕੌਣ ਹੈ ਇੱਥੇ
ਪਰ ਆਈਆਂ ਪ੍ਰੋਪਰ ਤਰੀਕੇ ਨਾਲ ਅਗਰ ਉਹਨੂੰ ਮਤਲਬ ਉਹਦਾ ਇੱਕ ਸਕੈਚ ਬਣਾਇਆ ਜਾਵੇ ਤਾਂ ਉਹ ਸ਼ਕਲਾਂ ਸਾਹਮਣੇ ਆ ਸਕਦੀ ਹੈ ਦੇਖੋ ਸਕੈਚ ਦੀ ਕਹਾਣੀ ਵੀ ਮੈਂ ਦੱਸਦੀ ਹਾਂ ਸਕੈਚ ਪੁਲਿਸ ਨੇ ਬਿਲਕੁਲ ਤਿਆਰ ਨਹੀਂ ਕਰਾਇਆ ਅਸੀਂ ਕੋਈ ਬੰਦਾ ਦਿੱਲੀ ਤੋਂ ਬੁਲਾ ਕੇ ਸਕੈਚ ਤਿਆਰ ਕਰਵਾਇਆ ਅਤੇ ਪੁਲਿਸ ਜਦੋਂ ਬਹੁਤ ਜ਼ਿਆਦਾ ਕਹਿੰਦੀ 1.5 ਸਾਲ ਬਾਅਦ ਸਕੈਚ ਮਤਲਬ ਤਿਆਰ ਹੁੰਦਾ ਕਿ ਜਦੋਂ ਬੰਦੇ ਦੀ ਸ਼ਕਲ ਭੁੱਲ ਜਾਊ ਮੀਨਸ ਉਹਦਾ ਸਕੈਚ ਜਿਹੜਾ ਬਣਵਾਇਆ ਗਿਆ ਇਹਦੇ ਵਿੱਚ ਸਭ ਉਹਦੀ ਸ਼ਮੂਲੀਅਤ ਹੈ ਹੁਣ ਦੇਖੋ ਅੱਗੇ CBI ਕੋਲ ਸਰ ਅਸੀਂ ਗਏ ਹਾਂ CBI ਤੋਂ ਕਿੰਨੀ ਉਮੀਦ ਲਾਈ CBI 2 ਸਾਲ ਬਾਅਦ ਸਾਨੂੰ ਕੀ ਕਹਿ ਰਹੀ ਹੈ ਜੀ ਸਾਨੂੰ ਮਤਲਬ ਸਾਡੇ ਕੋਲ ਸਟਾਫ ਨਹੀਂ ਅਸੀਂ ਕੇਸ ਕਿਵੇਂ ਸੋਲਵ ਕਰੀਏ ਸੁਪਰੀਮ ਕੋਰਟ ਦੀ ਸਾਡੇ ਕੋਲ ਇੱਕ ਫਾਈਲ ਆਉਂਦੀ ਜਿਹੜੀ ਉਹਨਾਂ ਨੇ ਕੇਸ ਕੀਤਾ ਸੁਪਰੀਮ ਕੋਰਟ ਦੇ ਵਿੱਚ ਕਿ ਸਾਡੇ ਕੋਲ ਸਟਾਫ ਨਹੀਂ ਹੈਗਾ ਅਸੀਂ ਕੇਸ ਸੋਲਵ ਨਹੀਂ ਕਰ ਪਾਏ ਮਤਲਬ ਮੇਰੇ ਖਿਆਲ 'ਚ ਬਹੁਤ ਹੀ ਜ਼ਿਆਦਾ ਸ਼ਰਮ ਦੀ ਗੱਲ ਹੈ ਪੂਰੇ ਮਤਲਬ ਆਪਣੇ ਕਹਿ ਲਓ ਕਿ ਇੰਡੀਆ ਦੇ ਲਈ ਵੀ ਅਤੇ ਪੰਜਾਬ ਦੇ ਲਈ ਕਿ ਇੱਕ ਇਨਸਾਨ ਇੰਨਾ ਲੜਦਾ ਇੰਨਾ ਤੁਹਾਡੇ 'ਤੇ ਵਿਸ਼ਵਾਸ ਕਰਦਾ CBI 'ਤੇ ਇੰਨਾ ਵਿਸ਼ਵਾਸ ਕੀਤਾ ਪ੍ਰਸ਼ਾਸਨ 'ਤੇ ਇੰਨਾ ਵਿਸ਼ਵਾਸ ਕੀਤਾ ਅਤੇ ਸਾਨੂੰ ਕੀ ਮਿਲਦਾ ਕਿ ਸਾਡੇ ਕੋਲ ਸਟਾਫ ਨਹੀਂ ਹੈਗਾ ਅਗਰ ਸਟਾਫ ਨਹੀਂ ਹੈ ਤਾਂ ਸ਼ਾਇਦ ਉਹਨਾਂ ਨੂੰ ਮਿਲਣ ਦਾ ਆਪਣੀ ਏਜੰਸੀ ਬੰਦ ਕਰ ਦੇਣੀ ਚਾਹੀਦੀ ਅਤੇ CBI ਦਾ ਨਾਮ ਨਹੀਂ ਹੋਣਾ ਚਾਹੀਦਾ ਹੁਣ ਕੋਈ ਵੀ ਕੇਸ CBI ਵੀ ਕਿਹੜਾ ਸੋਲਵ ਕਰਦੀ ਪੰਜਾਬ ਪੁਲਿਸ ਵੀ ਨਹੀਂ ਸੋਲਵ ਕਰਦੀ CBI ਵੀ ਸੋਲਵ ਨਹੀਂ ਕਰਦੀ ਫਿਰ ਅਸੀਂ ਕਿੱਥੇ ਰਹਿੰਦੇ ਇਹੀ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਨੀਤੂ ਹੋਰਾਂ ਨੇ ਚੱਕਿਆ ਕਿ ਅਸੀਂ ਕਿੱਥੇ ਜਾਈਏ ਪੰਜਾਬ ਪੁਲਿਸ ਉਹਦੇ ਤੋਂ ਬਹੁਤ ਸਾਰੀਆਂ ਉਮੀਦਾਂ ਅਤੇ ਉਸ ਤੋਂ ਬਾਅਦ ਵਿੱਚ ਫਿਰ CBI ਤੋਂ ਅਤੇ ਜੇ CBI ਹੱਥ ਖੜੇ ਕਰਦੀ ਹੈ ਤਾਂ ਸਵਾਲ ਇੱਕ ਬਹੁਤ ਵੱਡਾ ਇਸ ਸਵਾਲ ਨੂੰ ਅੱਗੇ ਤੋਰਦੇ ਹਾਂ ਥੋੜ੍ਹੀ ਜਿਹੀ ਗੱਲ ਹੋਰ ਨੀਤੂ ਹੋਰਾਂ ਦੇ ਨਾਲ ਕਰਦੇ ਹਾਂ ਨੀਤੂ ਜੀ ਇਹ ਮਸਲੇ ਨੇ ਬਹੁਤ ਸਾਰੇ ਆ ਤੁਸੀਂ ਚੱਕੇ ਨੇ ਕਿਸ ਲੈਵਲ ਤੱਕ ਇਹਦਾ ਫਾਇਦਾ ਹੋ ਸਕਦਾ ਇਹ ਤਾਂ ਕਹਿਣਾ ਬੜਾ ਮੁਸ਼ਕਲ ਹੈ ਨੁਕਸਾਨ ਕਿਸ ਪੱਧਰ ਤੱਕ ਹੋਇਆ ਸਰ ਸਰ ਨੁਕਸਾਨ ਦੇਖੋ ਫਾਈਨੈਂਸ਼ਲੀ ਵੀ ਲੌਸ ਹੋਇਆ ਪਰਸਨਲੀ ਵੀ ਲੌਸ ਹੋਇਆ ਮਤਲਬ ਮੇਰੇ ਅਗਰ ਮੰਮਾ ਦੀ ਤੁਸੀਂ ਹਾਲਤ ਦੇਖੋਗੇ ਅਸੀਂ ਬੱਚੇ ਹਾਂ ਬੱਚੇ ਆਪਣੇ ਆਪਣੇ ਕੰਮ 'ਚ ਫਿਰ ਵੀ ਰੁੱਝ ਜਾਂਦੇ ਇੱਕ ਮਾਂ ਜਿਹੜੀ ਹੈਗੀ ਹੈ ਉਹ ਘਰੇ ਬੈਠੀ ਸਿਰਫ ਇੱਕ ਬੱਚੇ ਦੀ ਰਾਹ ਦੇਖਦੀ ਹੈ ਅਗਰ ਤੁਸੀਂ ਮੇਰੇ ਮੰਮਾ ਨਾਲ ਮਿਲੋਗੇ ਤਾਂ ਮਤਲਬ ਬੰਦਾ ਅਗਰ ਉਹਨੂੰ ਦੇਖਦਾ ਨਾ ਉਹਦਾ ਆਪਦਾ ਰੋਣਾ ਨਿਕਲਦਾ ਅੱਜ ਵੀ ਉਹਨਾਂ ਦੀ ਇੱਕੋ ਹੀ ਉਮੀਦ ਹੈ ਕਿ ਬਸ ਮੇਰਾ ਬੱਚਾ ਮਿਲੂ ਮੇਰਾ ਬੱਚਾ ਈਵਨ ਕਿ ਉਹਨਾਂ ਨੇ ਤਾਂ ਇੰਨੀ ਗੱਲ ਵੀ ਕਹੀ ਹੈ ਅਗਰ ਕਿਸੇ ਨੂੰ ਡਰ ਹੈ ਕਿ ਉਹਨਾਂ ਦਾ ਕੋਈ ਪਰਦਾਫਾਸ਼ ਕਰੇਗਾ ਮਨੋਜ ਤਾਂ ਮੈਂ ਕਹਿੰਦੀ ਹਾਂ ਕਿ ਮੈਂ ਮਨੋਜ ਨੂੰ ਲੈ ਕੇ ਬਾਹਰ ਕਿਤੇ ਵੀ ਨਿਕਲ ਜੂੰਗੀ ਮੇਰਾ ਬੱਚਾ ਦੇ ਦਿਓ ਉਹ ਕਿਸੇ ਦੇ ਬਾਰੇ ਕੁਛ ਨਹੀਂ ਕਹੂਗਾ ਤੁਹਾਡੇ ਸਟੂਡੈਂਟਸ ਨੂੰ ਵੀ ਨੁਕਸਾਨ ਪਹੁੰਚਿਆ ਸਰ ਬਹੁਤ ਜ਼ਿਆਦਾ ਦੇਖੋ ਜਿਸ ਟਾਈਮ 'ਤੇ ਅਸੀਂ ਧਰਨੇ ਲਗਾਏ ਸਭ ਤੋਂ ਪਹਿਲਾਂ ਕੀ ਕੀਤਾ ਇਹਨਾਂ ਨੇ ਮੇਰੀ ਜੋਬ ਮੇਰੇ ਮਤਲਬ ਕਾਲਜ ਦੇ ਵਿੱਚ ਖਵਾਇਆ ਗਿਆ ਗਵਰਨਮੈਂਟ ਨੇ ਮੇਰੇ ਪ੍ਰਿੰਸੀਪਲ ਨੇ ਮੈਨੂੰ ਜਵਾਬ ਦਿੱਤਾ ਮੇਰੇ ਗਵਰਨਮੈਂਟ ਪੋਲੀਟੈਕਨਿਕ ਕਾਲਜ ਦੇ ਵਿੱਚ ਮੈਂ ਜੋਬ ਕਰਦੀ ਸੀ ਕਿ ਮੈਡਮ ਤੁਸੀਂ ਕਾਲਜ 'ਚ ਨਹੀਂ ਆਉਣਾ ਜਾਂ ਤਾਂ ਤੁਸੀਂ ਧਰਨੇ ਛੱਡ ਦਿਓ ਪ੍ਰੋਟੈਸਟ ਛੱਡ ਦਿਓ ਮੈਨੂੰ ਕਿ ਮੇਰਾ ਬ੍ਰਦਰ ਲਿਆ ਦਿਓ ਮੈਂ ਛੱਡ ਨਹੀਂ ਹੁਣ ਦੇਖੋ ਇੱਕ ਬੰਦਾ ਮਤਲਬ ਜੋਬ ਕਰੇ ਜਾਂ ਫਿਰ ਮੀਨਸ ਅਸੀਂ ਸਰਕਾਰ ਦੇ ਤੁਸੀਂ ਇਹ ਲਗਾ ਲਓ ਕਿ ਸਿਰਫ ਸਰਕਾਰ ਤੇ ਵੀ ਨਹੀਂ ਮਤਲਬ ਦੀ ਹੈਲਪ ਮੀਨਸ ਕਿ ਅਸੀਂ ਬਿਲਕੁਲ ਇੱਕ ਇਹੋ ਜਿਹੀ ਜਗ੍ਹਾ ਤੇ ਆ ਗਏ ਸੀ ਫਿਰ ਦੇਖੋ ਉਹ ਸਾਰਾ ਦਾ ਸਾਰਾ ਇੱਕ ਮਤਲਬ ਸਿਸਟਮ ਬਣਾਇਆ ਗਿਆ ਕਿ ਇੱਕ ਇੱਕ ਰੋਟੀ ਲਈ ਤਰਸਦਾ ਫਿਰ ਮੇਰੇ ਕੋਲ ਇੱਕ ਪੁਲਿਸ ਵਾਲਾ ਆਉਂਦਾ ਮੈਡਮ ਇੱਦਾਂ ਕਰੋ ਮੈਂ ਤਿੰਨਾਂ ਨੂੰ ਨੌਕਰੀ ਦਵਾ ਦਿੰਦਾ ਸਰਕਾਰੀ ਠੀਕ ਹੈ ਸਾਹਿਬ ਨਾਲ ਗੱਲ ਕਰਕੇ ਅਤੇ ਨਾਲ ਤੁਹਾਨੂੰ 10 ਲੱਖ ਰੁਪਏ ਦਵਾ ਦਿੰਦੇ ਦੁੱਖ ਮਜ਼ਦੂਰ ਮਤਲਬ ਆਈ ਸੈਡ ਨੋ ਅਸੀਂ ਭੁੱਖੇ ਮਰ ਜਾਵਾਂਗੇ ਕੋਈ ਗੱਲ ਨਹੀਂ ਅਸੀਂ ਜਿੱਥੇ ਮਤਲਬ ਮੇਰਾ ਭਰਾ ਨਹੀਂ ਮਿਲਦਾ ਸਾਨੂੰ ਨਹੀਂ ਚਾਹੀਦਾ ਤੁਸੀਂ ਰਹਿੰਦੇ ਉਹਨਾਂ ਨੇ ਸਾਰੀ ਪਲੈਨਿੰਗ ਬਣਾਈ ਪਹਿਲਾਂ ਤਾਂ ਸਾਨੂੰ ਪੂਰਾ ਥੱਲੇ ਡੇਕਦਾ ਇੱਕ ਇੱਕ ਰੋਟੀ ਲਈ ਤਰਸਦਾ ਫਿਰ ਸਾਡੇ ਕੋਲ ਔਫਰ ਦੇ ਆਹ ਸਭ ਚੀਜ਼ਾਂ ਹੁਣ ਕਿਵੇਂ ਉਮੀਦ ਆ ਤੁਹਾਨੂੰ ਕਿ ਅਸੀਂ ਕੀ ਕਰ ਸਕਦੇ ਹਾਂ ਜਿਹੜੀ ਇਸ ਗੱਲ ਨੂੰ ਅੱਗੇ ਪਹੁੰਚ ਅਤੇ ਕੁਛ ਹੱਲ ਹੋ ਜਾਏ ਉਸ ਸਰ ਦੇਖੋ ਮਤਲਬ ਅਗਰ ਅੱਜ ਵੀ ਇੰਡੀਆ ਦੇ ਵਿੱਚ ਲੋਕ ਇਕੱਠੇ ਹੋ ਜਾਣ ਠੀਕ ਹੈ ਇਸ ਚੀਜ਼ ਨੂੰ ਚੰਗੇ ਤਰੀਕੇ ਨਾਲ ਦੇਖਣ ਜੀ CBI ਕੰਮ ਕਿਉਂ ਨਹੀਂ ਕਰ ਰਹੀ ਜਾਂ ਪੁਲਿਸ ਵਾਲਿਆਂ ਨੇ ਕੰਮ ਕਿਉਂ ਨਹੀਂ ਕਰਿਆ ਇਹਦੀ ਗਹਿਰਾਈ ਤੱਕ ਜਾਈਏ ਤਾਂ ਫਿਰ ਇਹ ਕੇਸ ਵੀ ਸੋਲਵ ਹੋ ਸਕਦਾ ਮਤਲਬ ਇਹਦੇ ਵਿੱਚ ਜੋ ਸੱਚਾਈ ਹੈ ਕਿਉਂਕਿ ਲੋਕਾਂ ਦੀ ਤਾਕਤ ਸਭ ਤੋਂ ਵੱਡੀ ਤਾਕਤ ਹੈ ਕਿਉਂਕਿ ਮੈਂ ਨਾ ਹੁਣ ਪੁਲਿਸ ਸਟੇਸ਼ਨ ਦੇ ਉੱਪਰ ਕੋਈ ਪੁਲਿਸ ਦੇ ਉੱਪਰ ਕੋਈ ਇਤਬਾਰ ਕਰਦੀ ਹਾਂ ਅਤੇ ਨਾ ਹੀ ਮੈਂ ਕਿਸੇ ਪ੍ਰਸ਼ਾਸਨ ਦੇ ਕਰਦੀ ਹਾਂ ਕਿਉਂਕਿ ਕੋਈ ਬੰਦਾ ਕਿਸੇ ਦਾ ਨਹੀਂ ਹੈ ਅਤੇ ਮੈਂ ਦੇਖਿਆ ਜੇ ਕਿਸੇ ਨੇ ਹੱਲ ਕਰਨਾ ਹੈ ਤਾਂ ਆਪ ਕਰਨਾ ਜੇ ਅੱਜ ਵੀ ਇੰਡੀਆ ਦੇ ਲੋਕ ਇਕੱਠੇ ਹੋਣ ਅਤੇ ਇਸ ਚੀਜ਼ ਨੂੰ ਲੈ ਕੇ ਮੁੱਦੇ ਨੂੰ ਅੱਗੇ ਤੱਕ ਚੱਲਣ ਫਿਰ ਇੱਕ ਇਹਦਾ ਕੁਛ ਨਾ ਕੁਛ ਹੋ ਸਕਦਾ ਕਿਉਂਕਿ ਇਹਦੇ 'ਚ ਬਹੁਤ ਸਾਰੇ ਲੀਡਰਸ ਦਾ ਨਾਮ ਆਊ ਸ਼ੋਰ ਸੋ ਬਹੁਤ ਮਿਹਰਬਾਨੀ ਨੀਤੂ ਜੀ ਤੁਸੀਂ ਅਪਡੇਟ ਦਿੱਤੇ ਆ ਇਸ ਮਸਲੇ 'ਤੇ ਹਾਲਾਂਕਿ ਮਸਲਾ ਬਹੁਤ ਗੰਭੀਰ ਆ ਔਰ ਇਸ ਨੂੰ ਅੱਗੇ ਤੋਰਨ ਦੀ ਲੋੜ ਹੈ ਪਰ ਜਿਹੜੀ ਗੱਲ ਨੀਤੂ ਹੋਰਾਂ ਨੇ ਕੀਤੀ ਹੈ ਸੱਜਣੋ ਇਹ ਗੱਲ ਨੂੰ ਸੱਚੀ ਅੱਗੇ ਤੋਰਨ ਦੀ ਲੋੜ ਹੈ ਰਲ ਕੇ ਸਾਥ ਦੇਣ ਦੀ ਲੋੜ ਹੈ ਅਸੀਂ ਤਾਂ ਚਾਹੁੰਦੇ ਹਾਂ ਕਿ ਜਿਵੇਂ ਇਹ ਗੱਲ ਹੈ ਇਸ ਵੀਡੀਓ ਦੇ ਜ਼ਰੀਏ ਆਈ ਹੈ ਇਹਦੇ 'ਚੋਂ ਤੱਥ ਜਿਹੜੇ ਨਿਕਲਦੇ ਨੇ ਉਹ ਤੱਥਾਂ ਨੂੰ ਪੜਚੋਲੀਏ ਕਿਉਂਕਿ ਅੱਜ ਇਹਨਾਂ ਦਾ ਪੁੱਤ ਇਹਨਾਂ ਦਾ ਭਾਈ ਇਹਨਾਂ ਦਾ ਵੀਰ ਇਹਨਾਂ ਦਾ ਪਰਿਵਾਰਕ ਮੈਂਬਰ ਵਿਛੜਿਆ ਅਲੋਪ ਹੋਇਆ ਲਾਪਤਾ ਕੀਤਾ ਗਿਆ ਕਿਡਨੈਪ ਹੋਇਆ ਕੀ ਹੋਇਆ ਕੁਛ ਨਹੀਂ ਪਤਾ ਹਜੇ ਤੱਕ ਕੱਲ੍ਹ ਨੂੰ ਕਿਸੇ ਹੋਰ ਦੀ ਵਾਰੀ ਹੋ ਸਕਦੀ ਹੈ ਇਸ ਕਰਕੇ ਰਲ ਕੇ ਸੁਚੇਤ ਹੋ ਕੇ ਸਰ ਮੈਂ ਮਤਲਬ ਰਿਕੁਐਸਟ ਕਰਨਾ ਚਾਹੂੰਗੀ ਲੋਕਾਂ ਨੂੰ ਕਿ ਐਟਲੀਸਟ ਮੇਰਾ ਸਾਥ ਦੇਣ ਪੁਲਿਸ ਕੋਲ ਤੁਸੀਂ ਚਲੇ ਜਾਓ ਪੁਲਿਸ ਨੇ ਨਾ ਤੁਹਾਡੀ ਸੁਣਨੀ ਹੈ ਨਾ ਮੇਰੀ ਸੁਣਨੀ ਹੈ ਮਤਲਬ ਅਗਰ ਅੱਜ ਅਸੀਂ ਲੋਕ ਇਕੱਠੇ ਹੋ ਕੇ ਮਤਲਬ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਕਿ ਅੱਜ ਅਸੀਂ ਲੋਕ ਇਕੱਠੇ ਹੋ ਕੇ ਇਹਦੇ ਲਈ ਕਦਮ ਚੱਕੀਏ ਤਾਂ ਕੱਲ੍ਹ ਨੂੰ ਉਹ ਵੀ ਇਸ ਚੀਜ਼ ਤੋਂ ਬਚ ਸਕਦੇ ਕੱਲ੍ਹ ਨੂੰ ਉਹਨਾਂ ਦੇ ਬੱਚੇ ਨਾਲ ਕੁਛ ਹੁੰਦਾ ਤਾਂ ਉਹਨਾਂ ਨਾਲ ਵੀ ਉਹੀ ਹੋਣਾ ਜੋ ਸਾਡੇ ਨਾਲ ਹੋਇਆ ਇਸ ਲਈ ਮੈਂ ਇਹੀ ਰਿਕੁਐਸਟ ਕਰੂੰਗੀ ਇੰਡੀਆ ਦੇ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਕਿ ਮੇਰਾ ਸਾਥ ਦਿਓ ਹੁਣ ਅੱਜ ਮੈਂ ਪੁਲਿਸ ਸਟੇਸ਼ਨ ਗਈ ਹਾਂ ਤਾਂ ਮੈਨੂੰ ਇਨਸਾਫ ਨਹੀਂ
ਮੈਨੂੰ ਸੀਬੀਆਈ ਤੋਂ ਉਮੀਦ ਨਹੀਂ ਹੈ, ਮੈਨੂੰ ਪੁਲਿਸ ਸਟੇਸ਼ਨ ਤੋਂ ਉਮੀਦ ਨਹੀਂ ਹੈ, ਮੈਨੂੰ ਪ੍ਰਸ਼ਾਸਨ ਤੋਂ ਉਮੀਦ ਨਹੀਂ ਹੈ, ਸਿਰਫ ਇੱਕ ਤੁਹਾਡੇ ਲੋਕਾਂ ਤੋਂ ਉਮੀਦ ਹੈ। ਪਲੀਜ਼ ਮੇਰਾ ਸਾਥ ਦਿਓ ਇਸ ਚੀਜ਼ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਮੈਂ ਮਤਲਬ ਆਪਣੇ ਭਰਾ ਨੂੰ ਲੱਭ ਸਕਾਂ। ਮੇਰੀ ਸਰ ਇਹੀ ਰਿਕੁਐਸਟ ਹੈ। ਬਿਲਕੁਲ ਜੀ, ਔਰ ਉਹ ਇਕੱਲਾ ਤੁਹਾਡਾ ਭਰਾ ਨਹੀਂ, ਹੋਰ ਵੀ ਬਹੁਤ ਸਾਰੇ ਲਾਪਤਾ ਹੋਏ ਬੱਚੇ ਆ ਜਿਹੜੇ, ਉਹ ਵੀ ਲੱਭੇ ਜਾ ਸਕਦੇ, ਕਿਉਂਕਿ ਜਦੋਂ ਜੜ ਫੜੀ ਜਾਊਗੀ, ਯਤਨ ਹੋ ਜਾਣਗੇ, ਫਿਰ ਬਹੁਤ ਸਾਰੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਸੋ ਨੀਤੂ ਹੋਰਾਂ ਦੇ ਹੌਸਲੇ ਨੂੰ ਦਾਤ ਦੇਣੀ ਬਣਦੀ ਹੈ। ਇੱਕੋ ਧੀ ਜਿਹਨੂੰ ਮਾਪੇ ਚਾਹੁੰਦੇ ਹੁੰਦੇ ਆ ਕਿ ਘਰੋਂ ਨੰਗੇ ਸਿਰ ਵੀ ਨਹੀਂ ਜਾਣ ਦਿੰਦੇ, ਪਰ ਲਗਾਤਾਰ 2 ਸਾਲ ਪੁਲਿਸ ਸਟੇਸ਼ਨ ਦੇ ਮੂਹਰੇ ਧਰਨੇ 'ਤੇ ਬੈਠ ਕੇ ਇਸ ਨੇ ਆਪਦੇ ਭਰਾ ਦੇ ਵਾਸਤੇ ਕੋਸ਼ਿਸ਼ ਕੀਤੀ। ਥਾਣੇ ਕਚਹਿਰੀਆਂ ਦੇ ਵਿੱਚ ਬਸ ਦੇ ਘਰਾਂ ਦੀਆਂ ਧੀਆਂ ਕਿੱਥੇ ਜਾਂਦੀਆਂ ਹੁੰਦੀਆਂ, ਉੱਥੇ ਸਾਰਾ ਕੁਛ ਇਹਨਾਂ ਨੂੰ ਕਰਨਾ ਪਿਆ ਆਪਦੇ ਭਰਾ ਦੇ ਵਾਸਤੇ। ਸਾਰੇ ਪਰਿਵਾਰ ਨੇ ਸਾਥ ਦਿੱਤਾ, ਪਰ ਹਾਲੇ ਤੱਕ ਮਸਲਾ ਹੱਲ ਨਹੀਂ ਹੋਇਆ। ਮਸਲਾ ਹੱਲ ਕਰਾਉਣ ਦੇ ਵਾਸਤੇ ਸਾਨੂੰ ਰਲ ਕੇ ਜੋਰ ਯਤਨ ਕਰਨ ਦੀ ਲੋੜ ਹੈ। ਨੀਤੂ ਜੀ ਬਹੁਤ ਧੰਨਵਾਦ। ਥੈਂਕ ਯੂ।